ਫਿਰ ਜੀ ਮੈਂ ਤਾਂ ਸੁੱਤਾ ਹੋਇਆ ਸੀ, ਮੇਰਾ ਭਰਾ ਅਤੇ ਮੈਂ ਅਸੀਂ ਉਸ ਕਮਰੇ 'ਚ ਹੈਗੇ ਸੀ, ਮੰਮੀ ਅਤੇ ਭੈਣ ਉਸ ਕਮਰੇ 'ਚ ਸੀ। ਮੈਨੂੰ ਤਾਂ ਤਾਂ ਹੋਸ਼ ਆਇਆ ਸੀ, ਜੋ ਇਹਨਾਂ ਨੇ ਮਾਰਿਆ ਮੂਰਿਆ ਮੈਨੂੰ, ਜੋ ਮੇਰੇ ਭਰਾ ਨੇ ਮੈਨੂੰ ਉਠਾਇਆ ਸੀ, ਸਭ ਬੇਹੋਸ਼ ਸੀ। ਮੈਂ ਤਾਂ ਹੋਸ਼ ਆਇਆ ਸੀ, ਆਪਣਾ ਖੂਨ ਤਾਂ ਲਤਪਤ ਸੀ ਮੈਂ। ਉਸ ਤੋਂ ਬਾਅਦ ਮੇਰੀ ਭੈਣ ਆਈ, ਫਿਰ ਗਲੀ ਮੁਹੱਲੇ ਨੂੰ ਲੈ ਕੇ, ਕਹਿੰਦੇ ਇਸ ਤਰ੍ਹਾਂ ਤਾਂ ਵਾਰਦਾਤ ਹੋਈ ਸੀ। 8 ਜਣੇ ਸੀ, ਕਾਲੇ ਕੱਪੜੇ ਪਾਏ ਹੋਏ ਸੀ, ਕਾਲੇ ਕੱਛੇ ਪਾਏ ਹੋਏ ਸੀ, ਉੱਤੋਂ ਨੰਗੇ ਸੀ, ਅਤੇ 2.5 ਲੱਖ ਰੁਪਏ ਲੈ ਗਏ ਲੁੱਟ ਕੇ, ਇੱਕ ਸੈੱਟ ਲੈ ਗਏ ਸੋਨੇ ਦਾ। ਮੇਰੀ ਸਿਸਟਰ ਨੂੰ ਲੱਗੀ ਹੈ, ਮੇਰੇ ਛੋਟੇ ਭਰਾ ਨੂੰ ਲੱਗੇ, ICU 'ਚ ਹੈਗੇ ਦੋਨੋਂ, ਅਤੇ ਮੈਨੂੰ ਲੱਗਿਆ ਸੀ। ਕੈਸੇ ਥੇ ਵੋ ਦਿਖਨੇ ਮੈਂ? ਇਹ ਤਾਂ ਮੇਰੀ ਸਿਸਟਰ ਨੂੰ ਪਤਾ, ਕਿਉਂਕਿ ਉਹਨੇ ਦੇਖੇ ਸੀ, ਜਾਂ ਮੇਰੇ ਬ੍ਰਦਰ ਨੂੰ, ਮੇਰੇ ਸਿਸਟਰ ਨੂੰ, ਕਿਉਂਕਿ ਮੈਨੂੰ ਤਾਂ ਹੋਸ਼ ਤਾਂ ਆਇਆ ਸੀ, ਮੇਰੀ ਭੈਣ ਨੇ ਦੱਸਿਆ ਸੀ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ। ਅਸੀਂ ਸੁੱਤੇ ਹੋਏ ਸੀ ਉਸ ਟਾਈਮ, ਮੰਮੀ ਦਾ ਵੀ ਗਲਾ ਘੁੱਟਿਆ ਸੀ, ਨਾਲ ਵਾਲੇ ਘਰ ਹੈਗੇ ਆਪਣਾ, ਉੱਥੇ ਵੀ ਚੋਰੀ ਹੋਈ ਸੀ, ਉਹਨਾਂ 'ਚ ਵੀ ਬੰਦੂਕ ਰੱਖੀ ਸੀ ਉਹਨਾਂ ਨੇ, ਡੰਡੇ ਹੈਗੇ ਸੀ ਉਹਨਾਂ ਦੇ ਹੱਥ 'ਚ, ਐਂ ਨਹੀਂ ਪਤਾ, ਡੰਡੇ ਸੀ ਬਸ, ਸੁੱਤੇ ਸੁੱਤੇ ਮਾਰਿਆ ਇਹਨਾਂ ਨੇ, ਉੱਠਣ ਦਿੱਤਾ ਹੀ ਨਹੀਂ ਇਹਨਾਂ ਨੇ। ਕੈਸੇ ਦੇ ਦੇਖਣੇ ਮੈਂ? ਦੇਖਣੇ ਮੈਂ ਕਾਲੇ ਔਰ ਗੋਰੇ ਤੇ। ਕੱਪੜੇ ਡਾਲੇ ਹੋਏ ਤੇ ਉਹਨੇ? ਨਹੀਂ ਨਹੀਂ, ਕੱਚਾ ਸਾਰਾ ਦੇਖੇ। ਕਿਆ 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 ਡਾਲਾ ਉਹਦਾ? ਕੱਚੇ ਔਰ ਬਣਾ ਤਾਨੀ, ਮੈਂ ਨਹੀਂ ਦੇਖਿਆ, ਮੇਰਾ ਛੋਟਾ ਦੋ ਤਰ੍ਹਾਂ ਉਸਨੇ ਦੇਖਿਆ। ਆਪ ਸੋ ਰਹੇ ਤੁਸੀਂ? ਹਾਂ। ਕਿੰਨੇ ਲੋਕ ਥੇ ਅੰਦਰ? ਤੋਂ ਵੈਸੇ 3 ਦੀ ਮਿਲੇ ਥੇ ਮੇਰੇ ਕਮਰੇ ਮੇਂ ਤੋਂ। ਅਤੇ ਕਿਆ ਕੀ ਹੋ ਰਿਹਾ? ਸਾਤੇ ਗਲਾ ਕਰਦੇ, ਚੁੱਪ ਕਰ ਜਾ, ਬਾਹਰ ਕੁੰਡੀ ਮਾਰ ਕੇ। ਉਸ ਵਕ ਕੋ ਬੋਲਨੇ ਵੀ ਨਹੀਂ ਦਿਆ ਨਾ। ਤੋ ਆਪਕਾ ਗਲਾ ਕਿਸ ਚੀਜ਼ ਸੇ ਦਬਾਇਆ ਉਹਨੇ? ਹਾਂ, ਤੋ ਦੇਖ ਰੁੰਡੇ ਤੇ ਵਾਲੀਆਂ ਤੇ ਉਤਾਰ ਕੇ ਲੈ ਗਈ ਮੇਰੀ। ਔਰ ਕਿਆ ਕੀ ਕੀਤਾ ਉਹਨੇ? ਬਸ ਔਰ ਕੁਛ ਨਹੀਂ, ਧਾਗਾ ਪਾਇਆ ਤਾਂ ਉਹ ਖਿੱਚ ਲਿਆ ਉਹਨੇ। हमें सूचना मिली थी कि जम्मू कॉलोनी में कोई एक परिवार सोया हुआ था, तो 7-8 आदमी चोरी करने की नीयत से उनके घर में दाखिल हुए, तो जब वो जागे उनको चोटें मार दी हैं। उन्होंने हमें बताया कि उन्होंने कच्चे डाले हुए थे, तो हमने केस दर्ज कर लिया और तलाश के लिए पार्टियां निकाल दी। कितने लोगों को चोटें मारी? इसमें 2 जेंट्स को और 2 लेडीज़ को चोटें। कितना अंदाजा कुछ लग पाया कि कितनी बड़ी जेल लूट थी? इसमें कुछ एक सेट सोने का जेवरात का गया है, कुछ पैसे बता रहे हैं। तो अब कुछ जैसा गिरोह बताया जा रहा है, काफ़ी लंबे समय बाद सक्रिय हुआ, तो कोई इसके लिए तलाशी अभियान कुछ? हाँ, इसके लिए हमारी टीमें चली गई हैं, CIA की दोनों टीमें निकल चुकी हैं और बाकी थाने से भी टीमें चली गई हैं तलाश के लिए। घर में गुस्से कैसे थे? वो छत के रास्ते से प्रवेश हुए हैं, पीछे पड़ोसियों के उससे दीवार से चढ़कर छत के रास्ते से आए हैं।